ਸੁਣੀ ਕਹਾਂ ਰਹਤੇ ਹੋ? ਗੋਲਬਾਗ ਸੁੱਕੀ ਨਹਿਰ। ਤੇ ਕੀ ਹੁਆ? ਸਾਡੇ ਇੱਥੇ ਤਾਂ ਕੁੜੀਆਂ ਰਹਿੰਦੀਆਂ ਆਪਣੀ ਹੈਗੀਆਂ ਸਾਰੀਆਂ, ਸਾਰੇ ਗੁਆਚ ਗਈਆਂ, ਕੰਮ ਤੇ ਆਈਆਂ ਸੀ ਬਾਹਰ। ਕੀ ਹੋਇਆ ਨਹੀਂ ਹੋਇਆ ਪਤਾ ਨਹੀਂ ਚੱਲਿਆ। ਤਾਂ ਇੱਕ ਹੈਗੀ 15 ਸਾਲ ਦੀ, ਇੱਕ ਹੈਗੀ 12 ਸਾਲ ਦੀ, ਇੱਕ ਹੈਗੀ 14 ਸਾਲ ਦੀ। ਇਹਨੂੰ ਕੰਮ ਤੇ ਜਾਂਦੀ? ਹਾਂਜੀ, ਤੇਨੂੰ ਕੰਮ ਕਰ। ਸਾਰੇ ਗਰੀਬੇ ਦੀ ਹੈਗੀਆਂ, ਚੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ। ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪਏਗਾ। ਹੁਣ ਗੁੰਮਸ਼ੁਦਾ ਹੋ ਗਈ, ਮਿਲਦਾ ਹੀ ਨਹੀਂ ਪਿਆ, ਕਿੱਥੇ ਵੀ ਅਸੀਂ ਲੱਭ ਲੱਭ ਕੇ ਥੱਕ ਗਏ ਹਾਂ। ਹੁਣ ਤਾਂ ਹੁਣ ਕਾਨੂੰਨ ਦਾ ਹੀ ਇਹ ਸਾਰਾ ਹੈ, ਇੱਕ ਜਨਤਾ ਦਾ ਸਾਰਾ ਹੈ, ਜੇ ਮਿਲ ਜਾਵੇ। ਪੜ੍ਹਦੀਆਂ ਸੀ ਦੋ ਕੁੜੀਆਂ, ਪੜ੍ਹਦੀਆਂ ਸੀ, ਇੱਕ ਨਹੀਂ ਪੜ੍ਹਦੀਆਂ ਸੀ। ਦੋ ਪੜ੍ਹਦੀਆਂ? ਹਾਂਜੀ। ਕਿੰਨਵੀਂ ਚ ਪੜ੍ਹਦੀਆਂ? ਅਜੇ ਇੱਕ ਤਾਂ ਨਿਕਲ ਗਈ ਸੀ ਪੜ੍ਹ ਕੇ, ਪੰਜਵੀਂ ਪੜ੍ਹ ਕੇ, ਇੱਕ ਤੀਸਰੀ ਕਲਾਸ ਤੇ ਪੜ੍ਹਦੀ ਸੀ। ਨਹੀਂ ਜੀ, ਕੁਛ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਤੇ ਜੋੜ ਕੇ ਕਹਿੰਦੇ ਆ ਕਿੱਥੇ ਕੁੜੀ ਵੇਖਿਆ ਜਾਵੇ, ਕਿੱਥੇ ਕੋਈ ਕੁੜੀ ਵੇਖੋ ਤੁਸੀਂ, ਸਾਰ ਕੱਪੜੇ ਕੁੜੀਆਂ ਲਈ ਸਾਨੂੰ ਮਿਲਾ ਦਿਓ, ਸਾਡੀ ਬੱਚੀਆਂ ਬੜੇ ਦੁਖੀ ਹੈਗੇ, ਅਸੀਂ ਲੱਭ ਲੱਭ ਕੇ ਥੱਕ ਗਈਆਂ ਠੰਡ 'ਚ ਵੀ। ਅਸੀਂ ਕੋਈ ਰਾਮ ਧੂਣੀ ਨਹੀਂ ਮਨਾਇਆ, ਨਹੀਂ ਵੇਖਿਆ, ਅਸੀਂ ਰੋਂਦੇ ਆਤਮਾ 'ਚ। ਕੋਈ ਵੀ ਲੈ ਗਿਆ ਸਾਡੀ ਕੁੜੀਆਂ, ਹੱਥ ਜੋੜਦੀਆਂ ਦੇ ਜਾਓ। ਕਹਾਂ ਰਹਤੇ ਹੋ? ਸੁਖੀ ਨਹਿਰ। ਹੈਂ? ਸੁਖੀ ਨਹਿਰ, ਗੁਲਬਾਗ। ਗੁਲਬਾਗ ਸੁਖਾ ਨਹਿਰ। ਕਿਆ ਹੁਆ ਜੇ ਲੜਕੀ? ਲੜਕੀ 9 ਵਜੇ, 9:30 ਵਜੇ ਕਾ ਬੀਚ ਮੇ ਲੜਕੀ ਗਿਆ ਕਾਮ ਪਰ, ਤੋ ਕਾਮ ਸੇ ਹਮ ਲੋਗ ਆਤਾ ਥਾ ਵੋ 6, ਕਭੀ ਆਤਾ 5 ਵਜੇ, ਕਭੀ 6 ਵਜੇ, ਇਤਨਾ ਟਾਈਮ ਹਮ ਲੋਗ ਦੇਖ ਕਰਕੇ ਫਿਰ ਲੜਕੀ ਕੋ ਤਲਾਸ਼ ਕਰਨੇ ਨਿਕਲ ਗਿਆ ਸ਼ਨੀਵਾਰ ਕਾ ਰਾਤ ਕੋ, ਸ਼ਨੀਵਾਰ 20 ਤਾਰੀਖ ਥਾ ਉਸ ਦਿਨ। ਤੋ ਫਿਰ ਤਲਾਸ਼ ਕਰਤੇ ਕਰਤੇ ਆਜ 4 ਰੋਜ਼ ਹੋ ਗਿਆ, ਲੜਕੀ ਕੋ ਨਾ ਕੋਈ ਆਤਾ ਪਤਾ ਮਿਲਤਾ, ਨਾ ਕੋਈ ਸੁਲਾਂਗ ਮਿਲਤਾ ਹੈ, ਨਾ ਕਿਸੀ ਪਰ ਹਮ ਲੋਗ ਸ਼ੱਕ ਕਰਤਾ ਹੂੰ, ਕੁਛ ਨਹੀਂ ਕਰਤਾ ਹੂੰ। ਫਿਰ ਵੀ ਹਮ ਲੋਗ ਕੋ ਲੜਕੀ ਚਾਹੀਏ ਸਿੱਧਾ, ਹਮ ਲੋਗ ਕੋਈ ਪਕੜ ਕਰ ਵੀ ਰੱਖਾ ਹੈ ਤਾਂ ਹਮ ਲੋਗ ਉਸਕੋ ਕੁਛ ਨਹੀਂ ਕਰੇਂਗੇ, ਹਮ ਕੋ ਸਿਰਫ ਆਪਣਾ ਬੱਚਾ ਬੱਚਾ ਚਾਹੀਏ ਤਿੰਨੋਂ ਕੋ। ਆਪ ਤਲਾਸ਼ ਕਰ ਰਹੇ ਹੋ? ਆਪ ਹਮ ਲੋਗ ਤਲਾਸ਼ ਮੇਂ ਲੱਗਾ ਹੂੰ 4 ਦਿਨ। ਇਹ ਸ਼ੁਕਰਦਾਰ ਫੁਲਪੁਰ ਸ਼ਹਿਰ ਦੀਆਂ ਬੱਚੀਆਂ ਰਹਿਣ ਵਾਲੀਆਂ 3, ਜਿਨ੍ਹਾਂ ਚੋਂ ਇੱਕ ਦੀ ਉਮਰ 15 ਸਾਲ, ਇੱਕ ਦੀ 14 ਸਾਲ, ਇੱਕ ਦੀ 12 ਸਾਲ ਹੈ। ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਿਫਾਫੇ, ਕਾਗਜ਼, ਲੋਹੇ ਦਾ ਕੱਟਿਆ ਵੱਡਿਆ ਸਮਾਨ ਚੁਗਣ ਜਾਂਦੀਆਂ ਸੀ ਅਤੇ ਸ਼ਾਮ ਨੂੰ ਆ ਜਾਂਦੀਆਂ ਸੀ, ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ, ਮਿਤੀ 20 ਨੂੰ। ਉਸ ਤੋਂ ਬਾਅਦ ਇਹਨਾਂ ਦੀਆਂ ਮੰਮੀਆਂ ਨੇ ਤੇ ਪੇਰੈਂਟਸ ਨੇ ਕਿਹਾ ਵੀ ਘਰ ਨਹੀਂ ਆਈਆਂ। ਭਾਲ ਕੀਤੀ ਹੈ ਜੀ, CCTNC ਵੇਖਿਆ, ਰੇਲਵੇ ਸਟੇਸ਼ਨ ਵੇਖਿਆ, ਬੱਸ ਅੱਡਿਆਂ ਵਾਲੇ ਜਗ੍ਹਾ 'ਤੇ CCTV ਫੁਟੇਜ ਵੇਖਿਆ, ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਈਆਂ। ਅਸੀਂ ਉਹਨਾਂ ਨੇ ਬਿਆਨ ਲਿਖਾਇਆ, ਪਰਚਾ ਦਰਜ ਕਰਤਾ ਜੀ, ਤਫਤੀਸ਼ ਜਾਰੀ ਆ। ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤਾਂ ਅਸੀਂ ਤੁਹਾਨੂੰ ਇਨਫੋਰਮ ਕਰ ਦਿਆਂਗੇ। ਅਗਲੀ ਕਾਰਵਾਈ ਅਮਲ ਵਿੱਚ ਲਿਆ ਜਾਂਦੀ ਜਾਊਗੀ।